ਮੇਰੇ ਭਰਾ ਦਾ ਪੋਤਰਾ ਜੀ। ਕਦੋਂ ਗਿਆ ਸੀ ਕੱਲ੍ਹ ਘਰੇ? ਕੀ ਕਹਿ ਕੇ ਗਿਆ ਸੀ? 3 ਵਜੇ ਗਿਆ ਜੀ ਘਰੋਂ। ਆੜਾ ਬੰਦਾ ਨੇ ਵੀ ਕੋਲੇ ਸੀ, ਖਾਦ ਪਾਉਂਦਾ ਖਾਦ ਪਾਉਂਦਾ ਰਿਹਾ ਪਹਿਲਾਂ ਉਹ ਇੱਥੇ ਘਰੇ ਖਾਦ ਦੇ ਕੇ ਗਿਆ। ਕੀ ਕਹਿ ਕੇ ਕੀ ਗਿਆ ਸੀ ਘਰੇ? ਘਰੇ ਉਹ ਸਾਨੂੰ ਤਾਂ ਪਤਾ ਨਹੀਂ ਕੀ ਕਹਿ ਗਿਆ। ਉਹ ਮੁੰਡੇ ਲੈ ਗਏ ਨੇ ਮੰਦਰਾਂ ਦੇ ਦੋ ਨਾਲ। ਕੌਣ ਆਏ ਸੀਗੇ? ਮਨੋਲ ਮੋਲ ਅਤੇ ਗੋਰਾ। ਕਾਹਦੇ 'ਤੇ ਗਏ ਜੀ ਘਰੇ? ਗੱਡੀ 'ਤੇ। ਕਿਹਦੀ ਗੱਡੀ ਸੀਗੀ? ਸਾਨੂੰ ਤਾਂ ਪਤਾ ਨਹੀਂ। ਗੱਡੀ ਉਹ ਆਪਦੀ ਘਰੋਂ ਲੱਗਿਆ ਹੈ ਅਤੇ ਉਹ ਮੁੰਡਾ ਇੱਕ ਨੂੰ ਨਾਲ ਲੈ ਕੇ ਗਿਆ। ਉੱਥੋਂ ਗੱਡੀ ਆਪਦੀ ਉਹ ਮੰਤਰੀ ਛੱਡ ਗਿਆ ਅਤੇ ਉਹਨਾਂ ਦੀ ਗੱਡੀ 'ਤੇ ਗਏ ਨੇ। ਕੁਝ ਦੱਸ ਕੇ ਗਏ ਕਿੱਥੇ ਚੱਲੇ ਨੇ? ਨਹੀਂ, ਕੋਈ ਦੱਸਿਆ ਨਹੀਂ। ਕਿਸ ਤਰ੍ਹਾਂ ਕੋਈ ਕਦੇ ਇੱਦਾਂ ਦੀ ਗੱਲ ਦੇ ਵਿੱਚ ਇਨਵੋਲਵ ਸੀਗਾ ਕਿ ਜਿਸ ਤਰ੍ਹਾਂ ਇਨਕਾਊਂਟਰ ਕੀਤਾ ਗਿਆ ਉਹਨਾਂ ਦਾ? ਨਹੀਂ ਜੀ, ਕੋਈ ਗੱਲ ਨਹੀਂ ਸੀ, ਕੁਛ ਨਹੀਂ। ਕੋਈ ਉਹਦਾ ਪਰਚਾ ਨਹੀਂ ਇੱਥੇ ਕਿਤੇ ਵੀ, ਇੱਥੇ ਫਤਿਹਗੜ੍ਹ ਜਾਂ ਕੋਈ ਹੋਵੇ ਕਿ ਜੀਰੇ ਹੋਵੇ ਇਹ ਗੱਲ 'ਚ। ਪਹਿਲਾਂ ਹੈਗੇ ਸੀ ਅਤੇ ਐਵੇਂ ਨਾਂ ਲਿਖਾਤਾ ਮੰਤਰਾਂ ਵਾਲਾ ਵੀ, ਅਤੇ ਦਿੱਲੀ ਦਾ ਹੈਗਾ ਸੀ ਪਰਚਾ। ਕੀ ਸਮਝਦੇ ਹੋ ਤੁਸੀਂ, ਕੀ ਕਹਿਣਾ ਚਾਹੋਗੇ ਜਿਹੜਾ ਇਨਕਾਊਂਟਰ ਕੀਤਾ ਗਿਆ? ਅਸੀਂ ਤਾਂ ਸਮਝਣਾ ਬਸ, ਨਜਾਇਜ਼ ਸਾਡਾ ਬੱਚਾ ਮਾਰਤਾ, ਬਹੁਤ ਧੱਕਾ ਕੀਤਾ, ਸਾਨੂੰ ਸਾਹ ਮਿਲਣਾ ਚਾਹੀਦਾ। ਕੀ ਕਾਹੇ ਤੋਂ ਮਾਰਤਾ? ਨਹੀਂ ਕੁਆਰਾ, ਉਹਦੀਆਂ ਦੋ ਦੀ ਦਾਦੀ ਅਤੇ ਇੱਕ ਉਹਦਾ ਮਾਤਾ, ਦੋ ਜਨਾਨੀਆਂ ਅਤੇ ਘਰ ਹੀ ਵਿਹਲਾ ਹੋ ਗਿਆ। ਦਾਦਾ ਝੋਕੇ ਮਰਿਆ, ਮਹੀਨਾ ਕੁ ਹੋ ਗਿਆ ਦਾਦੇ ਕੋਲ ਜਿਹੜੇ ਪਿਓ ਵੀ ਹੈ ਨਹੀਂ ਸੀਗਾ ਨਾ। ਉਮਰ ਕਿੰਨੀ ਸੀ? ਕਹਿੰਦੀ 22-23 ਸਾਲ ਦਾ ਮੁੰਡਾ। ਕੀ ਮੰਗ ਕਰੋ? ਅਸੀਂ ਤਾਂ ਮੰਗ ਇਹ ਕਰਨੇ ਵੀ ਇਨਸਾਫ ਮਿਲਣਾ ਚਾਹੀਦਾ ਸਾਨੂੰ, ਵੀ ਕਿਉਂ ਉਹਨੂੰ ਮਾਰਿਆ, ਕਿਹੜੀ ਗੱਲੋਂ ਮਾਰਿਆ। ਉਹ 3 ਵਜੇ ਗਿਆ ਜੀ। ਕੀ ਕਹਿ ਕੇ ਗਿਆ ਸੀ, ਕਿੱਥੇ ਗਿਆ ਸੀਗਾ, ਪੂਰੀ ਡਿਟੇਲ ਦੀ ਤਾਂ ਦੱਸੋ। ਇਹ ਤੁਹਾਨੂੰ ਕਿਹੜਾ ਮੁੰਡੇ ਦੱਸ ਕੇ ਜਾਂਦੇ ਜੀ? ਮੇਰੇ ਮੁੰਡੇ ਨੂੰ ਇੱਥੇ ਮਿਲਿਆ, ਇੱਥੇ ਸ਼ਹਿਰ ਆ ਫਤਿਹਗੜ੍ਹ ਪੰਤੂਰ ਆ, ਅਤੇ ਮੁੜ ਕੇ ਸਾਨੂੰ ਪਤਾ ਲੱਗਾ ਵੀ ਇਹਨਾਂ ਇਨਕਾਊਂਟਰ ਕਰਤਾ ਉਹਨਾਂ। ਕਦੇ ਇਨਵੋਲਵ ਸੀਗਾ ਇਹੋ ਜਿਹੀਆਂ ਗੱਲਾਂ ਦੇ ਵਿੱਚ ਜਾਂ ਕੀ ਸਮਝਦੇ ਹੋ? ਨਹੀਂ ਜੀ, ਇੱਥੇ ਤਾਂ ਪੀ ਆਪਦਾ ਕੰਮ ਕਾਰ ਹੀ ਕਰਦਾ ਸੀ। ਆਹ ਬੰਦਾ ਸਾਡਾ ਪੀ ਏ ਪਾਉਂਦਾ ਸੀ ਖਾਦ, ਉਹਦੀ ਖਾਦ ਉਹਨੂੰ ਦੇ ਕੇ ਗਿਆ। ਅਤੇ ਇੱਕ ਇਹਦੀ ਦਾਦੀ, ਅਤੇ ਦਾਦੇ ਦੀ ਡੈਥ ਹੋ ਗਈ ਆ ਆਹ ਮਹੀਨਾ ਕੁ ਹੋਇਆ ਪਹਿਲਾਂ। ਹਾਂ, ਅਤੇ ਪੀ ਦੇ ਫਾਦਰ ਦੀ ਡੈਥ ਹੋਈ ਆ ਪਾਪਾ ਪੀ ਹੋ ਗਏ 15 ਸਾਲ ਪਹਿਲਾਂ ਜੀ। ਹਾਂ, ਵੀ ਘਰ ਦੇ ਵਿੱਚ ਇਕੱਲਾ ਹੀ ਸੀ। ਜਿੱਦਾਂ ਕਿਹਾ ਜਾ ਰਿਹਾ ਕਿ ਇਹਦੇ ਵੀ ਅਗਲੇ ਜ਼ਮੀਨ ਵੇਚੀ ਇਹਨੇ, ਤਸਕਰੀ ਇਹਨੇ ਕੀਤੀ ਹੁੰਦੀ ਅਤੇ ਆਹ ਇਹਦੇ ਘਰ ਦੇ ਹਾਲਾਤ ਹੁੰਦੇ ਇਹਦੇ। ਕੀ ਕਾਰਨ ਕੀ ਸਮਝਦੇ ਹੋ ਫਿਰ? ਇਹ ਤਾਂ ਪੁਲਿਸ ਨੇ ਧੱਕਾ ਕੀਤਾ ਹੈ, ਉਹ ਤਾਂ ਜੋ ਮਰਜ਼ੀ ਜਿਹੜਾ ਇਹ ਵੀ ਇਹਦੇ 'ਤੇ ਪਹਿਲਾਂ ਵੀ ਇਹਦੇ 'ਤੇ ਕੀਤਾ ਪਰਚਾ, ਇਹ ਤਾਂ ਸੌਦਾ ਲੈਣ ਗਿਆ ਸੀ ਉਹ, ਸਾਡੇ ਹੈਗਾ ਸੀ ਵਿਆਹ ਸੀ ਅਤੇ ਉਹ ਧੱਕੇ ਨਾਲ ਵੀ ਉਹ ਜਿਹੜਾ ਲਾਗਡਾਟ ਵਾਲਿਆਂ ਪਰਚਾ ਕਰਾਤਾ। ਕੰਮ ਕੀ ਕਰਦਾ ਸੀ? ਇਹ ਤਾਂ ਖੇਤੀਬਾੜੀ ਕਰਦਾ ਸੀ। ਆ ਮਕਾਨ ਜਿਹੜੇ ਬਣਾਏ ਦਾਦੇ ਬਣਾਏ।